ਪੰਜਾਬ 'ਚ ਦਲਿਤ ਦੇ ਭਾਈਚਾਰੇ ਨੂੰ ਇਕਮੁੱਠ ਕਰਨ ਲਈ ਜੋ ਸਵਰਗਵਾਸੀ ਬਾਬੂ ਕਾਸ਼ੀ ਰਾਮ ਨੇ ਬਹੁਜਨ ਸਮਾਜ ਪਾਰਟੀ ਬਣਾ ਕੇ ਮੁੜ ਬੰਨੇ ਸੀ, ਉਸ ਨੇ 1992 ਵਿੱਚ ਬਿਆਨ ਸਿੰਘ ਸਰਕਾਰ ਮੌਕੇ 9 ਵਿਧਾਇਕ ਬਣਾ ਕੇ ਵਿਧਾਨ ਸਭਾ ਵਿੱਚ ਜ਼ਬਰਦਸਤ ਐਂਟਰੀ ਕੀਤੀ ਸੀ। ਉਸ ਵੇਲੇ ਆਦਮਪੁਰ, ਬੰਗਾ, ਬਲਾਚੌਰ, ਗੜਸ਼ੰਕਰ, ਮਹਿਲਪੁਰ, ਸ਼ਾਮ 84, ਸ਼ੇਰਪੁਰ, ਭਦੌੜ, ਧਰਮਕੋਟ ਆਦਿ ਹਲਕੇ ਸਨ ਅਤੇ ਫਿਰ 1996 ਦੇ ਵਿੱਚ ਬਸਪਾ ਨੇ ਅਕਾਲੀਆਂ ਦੇ ਨਾਲ ਗੱਠਜੋੜ ਕਰਕੇ ਆਪ 3 MP ਫਿਲੌਰ, ਫਿਰੋਜ਼ਪੁਰ ਅਤੇ ਰੋਪੜ ਤੋਂ ਜਿਤਾਏ ਸਨ ਅਤੇ ਉਸ ਸਮੇਂ ਗੱਠਜੋੜ ਦੇ ਕਾਰਨ 8 ਅਕਾਲੀ ਵੀ MP ਬਣੇ ਸਨ। ਕੇਵਲ 2 ਥਾਵਾਂ 'ਤੇ ਕਾਂਗਰਸ ਦਾ ਗੁਰਦਾਸਪੁਰ ਵਿੱਚ ਬੀਬੀ ਪਿੰਡਰ ਅਤੇ ਅੰਮ੍ਰਿਤਸਰ ਵਿੱਚ ਸ਼੍ਰੀ ਭਾਟੀਆ ਖਾਤਾ ਖੋਲ੍ਹ ਸਕੇ ਸਨ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ 1997 ਵਿੱਚ ਭਾਜਪਾ ਨਾਲ ਗੱਠਜੋੜ ਕਰ ਲਿਆ ਅਤੇ ਵਿਧਾਨ ਸਭਾ ਚੋਣਾਂ ਵਿੱਚ ਗੱਠਜੋੜ ਦਾ ਬਹੁਮਤ ਲੈ ਕੇ ਰਾਜ ਸਭਾ ਆ ਗਿਆ ਅਤੇ ਬਸਪਾ ਦਾ ਇੱਕ ਵਿਧਾਇਕ ਗੜਸ਼ੰਕਰ ਤੋਂ ਸ਼ਿੰਗਾਰਾ ਰਾਮ ਸਹੁੰਗੜਾ ਹੀ ਵਿਧਾਇਕ ਬਣ ਸਕਿਆ। ਬਸ ਫਿਰ ਉਸ ਤੋਂ ਬਾਅਦ ਬਸਪਾ 2002, 2007, 2012, 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਕਿਸੇ ਵੀ ਵਿਧਾਨ ਸਭਾ ਹਲਕੇ ਤੋਂ ਆਪਣੇ ਉਮੀਦਵਾਰ ਜਿਤਾ ਕੇ ਭੇਜ ਨਹੀਂ ਸਕੀ। ਗੱਲ ਕੀ 20 ਸਾਲਾਂ ਤੋਂ ਸੁੱਚੇ ਮੂੰਹ ਬੈਠੀ ਬਸਪਾ ਦੀ ਵੋਟ ਮੁੜ ਕਾਂਗਰਸ ਵੱਲ ਚਲੀ ਗਈ ਜਾਂ ਫਿਰ ਝਾੜੂ ਵਾਲੇ ਹੱਥ ਮਾਰ ਗਏ, ਇਸ ਸੰਬੰਧੀ ਕੁਝ ਵੀ ਨਹੀਂ ਕਿਹਾ ਜਾ ਸਕਦਾ। ਪਰ ਇਹ ਗੱਲ ਜ਼ਰੂਰ ਹੈ ਕਿ ਬਾਬੂ ਕਾਸ਼ੀ ਰਾਮ ਦੇ ਇੰਤਕਾਲ ਤੋਂ ਬਾਅਦ ਪੰਜਾਬ ਬਸਪਾ ਦਾ ਕੇਡਰ ਖਿੰਡਾ ਪੁਣਦਾ ਹੀ ਨਜ਼ਰ ਆ ਰਿਹਾ। ਜਦੋਂ ਬਸਪਾ ਦੇ ਮੌਜੂਦਾ ਪ੍ਰਧਾਨ ਡਾਕਟਰ ਜਸਵੀਰ ਸਿੰਘ ਗੜੀ ਤੋਂ ਪੁੱਛਿਆ ਗਿਆ ਕਿ ਅਕਾਲੀਆਂ ਦੇ ਨਾਲ ਗੱਠਜੋੜ ਹੋਵੇਗਾ ਤਾਂ ਉਹਨਾਂ ਕਿਹਾ ਕਿ ਇਹ ਮੁੱਦਾ ਭੈਣ ਮਾਇਆਵਤੀ ਦੇ ਹੱਥ ਦੇ ਵਿੱਚ ਹੈ, ਉਹ ਜੋ ਹੁਕਮ ਦੇਣਗੇ ਉਸ 'ਤੇ ਫੁੱਲ ਚੜਾਏ ਜਾਣਗੇ। ਬਾਕੀ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲੋਂ ਗੱਠਜੋੜ ਟੁੱਟਣ ਤੋਂ ਬਾਅਦ ਬਸਪਾ ਨਾਲ ਗੱਠਜੋੜ ਕਰਨ ਦੀ ਕਾਲ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਦੋਂ ਕਿ ਪੰਜਾਬ ਦੇ ਵੱਡੇ ਸ਼ਹਿਰੀ ਵਿਧਾਨ ਸਭਾ ਹਲਕਿਆਂ ਵਿੱਚ ਬੈਠੇ ਅਕਾਲੀ ਨੇਤਾਵਾਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੇਂਡੂ ਦਿਹਾਤੀ ਹਲਕਿਆਂ ਦੇ ਵਿੱਚ ਤਾਂ ਬਸਪਾ ਵੋਟ ਨਾਲ ਕੁਝ ਤਾਕਤ ਮਿਲ ਸਕਦੀ ਹੈ, ਪਰ ਵੱਡੇ ਸ਼ਹਿਰਾਂ ਜਾਂ ਕਸਬਿਆਂ ਦਾ ਹਿੰਦੂ ਵੋਟਰ ਤਾਂ ਕਾਂਗਰਸ ਜਾਂ ਭਾਜਪਾ ਦੀ ਹੀ ਗੱਡੀ ਚੜੇਗਾ। ਪੰਜਾਬ 'ਚ ਦਲਿਤ ਦੇ ਭਾਈਚਾਰੇ ਨੂੰ ਇਕਮੁੱਠ ਕਰਨ ਲਈ ਜੋ ਸਵਰਗਵਾਸੀ ਬਾਬੂ ਕਾਸ਼ੀ ਰਾਮ ਨੇ ਬਹੁਜਨ ਸਮਾਜ ਪਾਰਟੀ ਬਣਾ ਕੇ ਮੁੜ ਬੰਨੇ ਸੀ, ਉਸ ਨੇ 1992 ਵਿੱਚ ਬਿਆਨ ਸਿੰਘ ਸਰਕਾਰ ਮੌਕੇ 9 ਵਿਧਾਇਕ ਬਣਾ ਕੇ ਵਿਧਾਨ ਸਭਾ ਵਿੱਚ ਜ਼ਬਰਦਸਤ ਐਂਟਰੀ ਕੀਤੀ ਸੀ। ਉਸ ਵੇਲੇ ਆਦਮਪੁਰ, ਬੰਗਾ, ਬਲਾਚੌਰ, ਗੜਸ਼ੰਕਰ, ਮਹਿਲਪੁਰ, ਸ਼ਾਮ 84, ਸ਼ੇਰਪੁਰ, ਭਦੌੜ, ਧਰਮਕੋਟ ਆਦਿ ਹਲਕੇ ਸਨ ਅਤੇ ਫਿਰ 1996 ਦੇ ਵਿੱਚ ਬਸਪਾ ਨੇ ਅਕਾਲੀਆਂ ਦੇ ਨਾਲ ਗੱਠਜੋੜ ਕਰਕੇ ਆਪ 3 MP ਫਿਲੌਰ, ਫਿਰੋਜ਼ਪੁਰ ਅਤੇ ਰੋਪੜ ਤੋਂ ਜਿਤਾਏ ਸਨ ਅਤੇ ਉਸ ਸਮੇਂ ਗੱਠਜੋੜ ਦੇ ਕਾਰਨ 8 ਅਕਾਲੀ ਵੀ MP ਬਣੇ ਸਨ। ਕੇਵਲ 2 ਥਾਵਾਂ 'ਤੇ ਕਾਂਗਰਸ ਦਾ ਗੁਰਦਾਸਪੁਰ ਵਿੱਚ ਬੀਬੀ ਪਿੰਡਰ ਅਤੇ ਅੰਮ੍ਰਿਤਸਰ ਵਿੱਚ ਸ਼੍ਰੀ ਭਾਟੀਆ ਖਾਤਾ ਖੋਲ੍ਹ ਸਕੇ ਸਨ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ 1997 ਵਿੱਚ ਭਾਜਪਾ ਨਾਲ ਗੱਠਜੋੜ ਕਰ ਲਿਆ ਅਤੇ ਵਿਧਾਨ ਸਭਾ ਚੋਣਾਂ ਵਿੱਚ ਗੱਠਜੋੜ ਦਾ ਬਹੁਮਤ ਲੈ ਕੇ ਰਾਜ ਸਭਾ ਆ ਗਿਆ ਅਤੇ ਬਸਪਾ ਦਾ ਇੱਕ ਵਿਧਾਇਕ ਗੜਸ਼ੰਕਰ ਤੋਂ ਸ਼ਿੰਗਾਰਾ ਰਾਮ ਸਹੁੰਗੜਾ ਹੀ ਵਿਧਾਇਕ ਬਣ ਸਕਿਆ। ਬਸ ਫਿਰ ਉਸ ਤੋਂ ਬਾਅਦ ਬਸਪਾ 2002, 2007, 2012, 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਕਿਸੇ ਵੀ ਵਿਧਾਨ ਸਭਾ ਹਲਕੇ ਤੋਂ ਆਪਣੇ ਉਮੀਦਵਾਰ ਜਿਤਾ ਕੇ ਭੇਜ ਨਹੀਂ ਸਕੀ। ਗੱਲ ਕੀ 20 ਸਾਲਾਂ ਤੋਂ ਸੁੱਚੇ ਮੂੰਹ ਬੈਠੀ ਬਸਪਾ ਦੀ ਵੋਟ ਮੁੜ ਕਾਂਗਰਸ ਵੱਲ ਚਲੀ ਗਈ ਜਾਂ ਫਿਰ ਝਾੜੂ ਵਾਲੇ ਹੱਥ ਮਾਰ ਗਏ, ਇਸ ਸੰਬੰਧੀ ਕੁਝ ਵੀ ਨਹੀਂ ਕਿਹਾ ਜਾ ਸਕਦਾ। ਪਰ ਇਹ ਗੱਲ ਜ਼ਰੂਰ ਹੈ ਕਿ ਬਾਬੂ ਕਾਸ਼ੀ ਰਾਮ ਦੇ ਇੰਤਕਾਲ ਤੋਂ ਬਾਅਦ ਪੰਜਾਬ ਬਸਪਾ ਦਾ ਕੇਡਰ ਖਿੰਡਾ ਪੁਣਦਾ ਹੀ ਨਜ਼ਰ ਆ ਰਿਹਾ। ਜਦੋਂ ਬਸਪਾ ਦੇ ਮੌਜੂਦਾ ਪ੍ਰਧਾਨ ਡਾਕਟਰ ਜਸਵੀਰ ਸਿੰਘ ਗੜੀ ਤੋਂ ਪੁੱਛਿਆ ਗਿਆ ਕਿ ਅਕਾਲੀਆਂ ਦੇ ਨਾਲ ਗੱਠਜੋੜ ਹੋਵੇਗਾ ਤਾਂ ਉਹਨਾਂ ਕਿਹਾ ਕਿ ਇਹ ਮੁੱਦਾ ਭੈਣ ਮਾਇਆਵਤੀ ਦੇ ਹੱਥ ਦੇ ਵਿੱਚ ਹੈ, ਉਹ ਜੋ ਹੁਕਮ ਦੇਣਗੇ ਉਸ 'ਤੇ ਫੁੱਲ ਚੜਾਏ ਜਾਣਗੇ। ਬਾਕੀ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲੋਂ ਗੱਠਜੋੜ ਟੁੱਟਣ ਤੋਂ ਬਾਅਦ ਬਸਪਾ ਨਾਲ ਗੱਠਜੋੜ ਕਰਨ ਦੀ ਕਾਲ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਦੋਂ ਕਿ ਪੰਜਾਬ ਦੇ ਵੱਡੇ ਸ਼ਹਿਰੀ ਵਿਧਾਨ ਸਭਾ ਹਲਕਿਆਂ ਵਿੱਚ ਬੈਠੇ ਅਕਾਲੀ ਨੇਤਾਵਾਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੇਂਡੂ ਦਿਹਾਤੀ ਹਲਕਿਆਂ ਦੇ ਵਿੱਚ ਤਾਂ ਬਸਪਾ ਵੋਟ ਨਾਲ ਕੁਝ ਤਾਕਤ ਮਿਲ ਸਕਦੀ ਹੈ, ਪਰ ਵੱਡੇ ਸ਼ਹਿਰਾਂ ਜਾਂ ਕਸਬਿਆਂ ਦਾ ਹਿੰਦੂ ਵੋਟਰ ਤਾਂ ਕਾਂਗਰਸ ਜਾਂ ਭਾਜਪਾ ਦੀ ਹੀ ਗੱਡੀ ਚੜੇਗਾ।